ਓਵਰਟੇਕ ਕਰਦਿਆਂ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਤਾਂ ਸੜਕ ਤੇ ਹੀ ਪਲਟ ਗਈ, ਜਦਕਿ ਦੂਜੀ ਦਾ ਵੀ ਭਾਰੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੱਡੀਆਂ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਤੇ ਇਸੇ ਕੋਸ਼ਿਸ਼ ਦੇ ਵਿੱਚ ਤੇਜ਼ ਰਫ਼ਤਾਰ ਕਾਰ ਜੋ ਆ ਰਹੀ ਸੀ ਅੱਗੇ ਜਾ ਕੇ ਟੱਕਰ ਤੋਂ ਬਾਅਦ ਸੜਕ ਤੇ ਪਲਟ ਗਈ, ਜਦਕਿ ਦੂਸਰੀ ਵੀ ਡਿਵਾਈਡਰ ਦੇ ਨਾਲ ਜਾ ਲੱਗੀ, ਜਿਸ ਕਰਕੇ ਦੋਨਾਂ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ। ਗਨੀਮਤ ਇਹ ਰਹੀ ਹੈ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਰਾਹਗੀਰ ਵੀ ਉੱਥੇ ਮੌਕੇ ਤੇ ਰੁਕ ਗਏ ਤੇ ਗੱਡੀਆਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਪੁਲਿਸ ਵੀ ਪਹੁੰਚੀ, ਜਿਨ੍ਹਾਂ ਨੇ ਦੋਨਾਂ ਗੱਡੀਆਂ ਨੂੰ ਕਬਜ਼ੇ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੱਡੀਆਂ ਦੇ ਚਾਲਕ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਰਕੇ ਹਾਦਸਾ ਵਾਪਰਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਗੱਡੀਆਂ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਰਕੇ ਇਹ ਟੱਕਰ ਹੋਈ ਹੈ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ ਗੱਡੀਆਂ ਦੋਵੇਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ, ਚਕਨਾਚੂਰ ਹੋ ਗਈਆਂ ਨੇ, ਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਦੋਨਾਂ ਦੇ ਵੱਲੋਂ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਜਾਨ ਵੀ ਖਤਰੇ 'ਚ ਪਾਈ ਗਈ ਹੈ। ਜਿਸ ਤਰ੍ਹਾਂ ਦੇ ਨਾਲ ਓਵਰਟੇਕ ਕੀਤਾ ਜਾ ਰਿਹਾ ਸੀ ਤੇ ਆਪਸੀ ਟੱਕਰ ਹੋਈ ਹੈ, ਕਿਸੇ ਹੋਰ ਵਾਹਨ ਨਾਲ ਵੀ ਟਕਰਾ ਸਕਦੀਆਂ ਸਨ। ਸੋ ਇੱਥੇ ਪੁਲਿਸ ਦੇ ਵੱਲੋਂ ਦੋਨਾਂ ਗੱਡੀਆਂ ਨੂੰ ਕਬਜ਼ੇ 'ਚ ਲਿਆ ਗਿਆ। ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ। ਪਠਾਨਕੋਟ ਚੌਂਕ ਫਲਾਈਓਵਰ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ, ਜਿੱਥੇ ਦੋ ਗੱਡੀਆਂ, ਇੱਕ ਆਲਟੋ ਦੱਸੀ ਜਾ ਰਹੀ ਹੈ ਤੇ ਇੱਕ i20, ਦੋਨੋਂ ਹੀ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਤੇ ਤੇਜ਼ ਰਫ਼ਤਾਰ ਹੋਣ ਦੇ ਚੱਲਦਿਆਂ ਦੋਨਾਂ ਦੀ ਹੀ ਆਪਸ ਦੇ ਵਿੱਚ ਟੱਕਰ ਹੋ ਗਈ। ਉਹ ਵੀ ਇੰਨੀ ਜ਼ਬਰਦਸਤ ਕਿ ਇੱਕ ਗੱਡੀ ਤਾਂ ਪਲਟ ਗਈ ਤੇ ਦੂਜੀ ਡਿਵਾਈਡਰ 'ਚ ਜਾ ਲੱਗੀ। ਬੇਸ਼ੱਕ ਗਨੀਮਤ ਰਹੀ ਹੈ ਕਿ ਨੁਕਸਾਨ ਜ਼ਿਆਦਾ ਨਹੀਂ ਹੋਇਆ। ਇੱਥੇ ਗੱਡੀਆਂ ਜ਼ਰੂਰ ਚਕਨਾਚੂਰ ਹੋਈਆਂ ਨੇ, ਪਰ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਰਾਹਗੀਰਾਂ ਦੇ ਵੱਲੋਂ ਰੁਕ ਕੇ ਇਹਨਾਂ ਜ਼ਖਮੀਆਂ ਨੂੰ ਗੱਡੀਆਂ 'ਚੋਂ ਬਾਹਰ ਕੱਢਿਆ ਗਿਆ, ਗੱਡੀ ਸਿੱਧੀ ਕੀਤੀ ਗਈ। ਉੱਧਰ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ, ਪਰ ਇੱਥੇ ਸੜਕ 'ਤੇ ਲੰਬਾ ਜਾਮ ਵੀ ਲੱਗ ਗਿਆ। ਜਿੱਥੇ ਹਾਦਸਾ ਵਾਪਰਿਆ ਗੱਡੀਆਂ ਸੜਕ ਵਿਚਾਲੇ ਪਈਆਂ ਰਹੀਆਂ, ਤਾਂ ਸੜਕ 'ਤੇ ਕਈ ਕਿਲੋਮੀਟਰ ਤੱਕ ਲੰਬਾ ਜਾਮ ਵੀ ਲੱਗ ਗਿਆ, ਜਿਸ ਨੂੰ ਪੁਲਿਸ ਦੇ ਵੱਲੋਂ ਆ ਕੇ ਹਟਾਇਆ ਗਿਆ। ਗਨੀਮਤ ਰਹੀ ਹੈ ਜਾਨ ਬਚ ਗਈ ਹੈ ਲੋਕਾਂ ਦੀ, ਪਰ ਇੱਥੇ ਦੂਜਿਆਂ ਦੀ ਜਾਨ ਵੀ ਖਤਰੇ 'ਚ ਪਾਈ ਗਈ ਹੈ ਤੇ ਹਾਦਸਾ ਵੱਡਾ ਵੀ ਹੋ ਸਕਦਾ ਸੀ, ਜਿਸ ਲਈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਗੱਡੀਆਂ ਕਬਜ਼ੇ 'ਚ ਲਈਆਂ ਗਈਆਂ ਨੇ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਪਠਾਨਕੋਟ ਚੌਂਕ ਪਠਾਨਕੋਟ ਨਗਰ ਦੇ ਸੈਂਟਰ, ਜਿੱਥੇ ਪਠਾਨਕੋਟ ਚੌਂਕ ਵਾਲਾ ਪੁਲ ਉੱਤਰਦਾ, ਉੱਥੇ ਐਕਸੀਡੈਂਟ ਹੋ ਗਿਆ। ਅਸੀਂ ਮੌਕੇ 'ਤੇ ਪਹੁੰਚੇ ਅਤੇ ਸਾਡੇ ਸੜਕ ਸੁਰੱਖਿਆ ਫੋਰਸ ਉਹ ਵੀ ਪਹੁੰਚ ਗਈ ਸੀ ਮੌਕੇ 'ਤੇ। ਤਾਂ ਇੱਕ i20 ਗੱਡੀ ਅਤੇ ਇੱਕ ਦੋ ਗੱਡੀਆਂ ਦਾ ਉੱਥੇ ਐਕਸੀਡੈਂਟ ਹੋਇਆ ਸੀਗਾ। ਗੱਡੀ ਦੇ ਵਿੱਚ ਗੱਡੀ ਵੱਜਣ ਦੇ ਨਾਲ ਗੱਡੀ ਪੁਲ ਉੱਤਰਦਾ ਸੀ, ਕਿਉਂਕਿ ਤਾਂ ਕਿ ਆਊਟ ਆਫ ਕੰਟਰੋਲ ਹੋ ਗਈਆਂ, ਤਾਂ ਗਰਾਊਂਡ ਦੇ ਕਰਕੇ ਗੱਡੀਆਂ ਦੋਨੇ ਫਸ ਗਈਆਂ। ਜਦੋਂ ਉੱਥੇ ਬੰਦੇ ਸਾਰੇ ਸੇਫ ਆ ਸਾਨੂੰ, ਅਤੇ ਦੋਨਾਂ ਬੰਦਿਆਂ ਦੇ ਮਾੜੀ ਮਾੜੀ ਜਾਂ ਕਿਤੇ ਬੋਲਦੇ ਤੇ ਇੱਕ ਦੇ ਮਾੜੀ। ਸਰ, ਜਿੱਦਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਗੱਡੀ ਦੇ ਵਿੱਚ ਜੇ ਸਵਾਰ ਸੀਗੇ, ਜਿਨ੍ਹਾਂ ਨੂੰ ਥਾਣੇ ਲਿਜਾਇਆ ਗਿਆ, ਚਿੱਟੀ ਗੱਡੀ ਹੈਗੀ, ਉਹਨਾਂ ਦੇ ਡਰਿੰਕ ਵਗੈਰਾ ਕੀਤੀ? ਨਹੀਂ ਸਰ, ਆਪਾਂ ਇਸ ਤਰ੍ਹਾਂ ਨਹੀਂ ਕੁਛ, ਫਿਲਹਾਲ ਅਸੀਂ ਬੰਦਿਆਂ ਨੂੰ, ਉਹਨਾਂ ਨੂੰ ਵੀ ਥਾਣੇ ਲੈ ਚੱਲੇ, ਦੂਜੀ ਜਿਹੜੀ ਗੱਡੀ ਵਾਲੇ ਉਹਨਾਂ ਨੂੰ ਵੀ ਥਾਣੇ ਲੈ ਚੱਲੇ ਹਾਂ, ਅਤੇ ਗੱਡੀਆਂ ਵੀ ਅਸੀਂ ਦੋਨੇ ਅਸੀਂ ਕਬਜ਼ੇ 'ਚ ਲੈ ਲਈਆਂ ਵਾ। ਉੱਥੇ ਜਾ ਕੇ ਫਿਲਹਾਲ ਦੇਖਾਂਗੇ ਜਿਹੜੀ ਅਗਲੀ ਕਾਰਵਾਈ ਉਹ ਆਮ ਜਾਏਗੀ।